ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕਈ ਦਿਨਾਂ ਤੋਂ ਕਾਫੀ ਪੰਜਾਬੀ ਗਾਇਕਾਂ ਦਾ ਵਿਰੋਧ ਹੋ ਰਿਹਾ ਹੈ। ਉਹਨਾਂ ਵਿੱਚੋਂ ਇੱਕ ਹਨ ਗੁਰਦਾਸ ਮਾਨ, ਜਿਨ੍ਹਾਂ ਨੇ ਹਿੰਦੀ ਭਾਸ਼ਾ ਦਾ ਸਮਰਥਨ ਦੇਣ ਤੋਂ ਬਾਅਦ ਉਹਨਾਂ ਦੇ ਇੱਕ ਸ਼ੋਅ ਵਿੱਚ ਵਿਰੋਧ ਕਰ ਰਹੇ ਸਿੱਖ ਨੂੰ ਸਟੇਜ ਤੋਂ ਹੀ ਗਾਲ ਕੱਢ ਦਿੱਤੀ ਸੀ, ਜਿਸ ਤੋਂ ਬਾਅਦ ਲੋਕ ਕਾਫੀ ਭੜਕ ਗਏ ਤੇ ਉਹਨਾਂ ਦਾ ਪੁਰਜ਼ੋਰ ਵਿਰੋਧ ਕਰਨ ਲੱਗੇ। ਇਹਨਾਂ ਵਿੱਚੋਂ ਇੱਕ ਹਨ ਰਵੀ ਸਿੰਘ ਖਾਲਸਾ ਐਡ ਦੇ ਪ੍ਰਧਾਨ, ਜਿਨ੍ਹਾਂ ਨੇ ਕਿਹਾ ਕਿ ਸਿੱਧੂ ਨੇ ਤਾਂ ਆਪਣੀ ਗਲਤੀ ਦੀ ਮਾਫ਼ੀ ਮੰਗ ਲਈ, ਜੋ ਕਿ ਬਹੁਤ ਜ਼ਿਆਦਾ ਵਧੀਆ ਹੈ, ਪਰ ਗੁਰਦਾਸ ਮਾਨ ਨੇ ਆਪਣੀ ਗਲਤੀ ਮੰਨਣ ਦੀ ਜਗ੍ਹਾ ਵਿਰੋਧ ਕਰ ਰਹੇ ਲੋਕਾਂ ਨੂੰ ਗਲਤ ਸ਼ਬਦ ਬੋਲੇ ਹਨ। ਸ਼ਰਮ ਆਉਣੀ ਚਾਹੀਦੀ ਹੈ ਇਸ ਇਨਸਾਨ ਨੂੰ। ਆਓ ਦੇਖਦੇ ਹਾਂ ਹੋਰ ਕਿਸ ਕਿਸ ਨੇ ਗੁਰਦਾਸ ਮਾਨ ਦਾ ਵਿਰੋਧ ਕੀਤਾ। ਦੋਗਲਾ ਕਰਦਾਰ ਬਹੁਤ ਨਿਭਾਉਂਦਾ ਇਹ ਯਾਰ, ਦੋਗਲਾ 24 ਘੰਟੇ ਧੋਤੀਆਂ ਬੰਨਣ ਲੱਗ ਜਾਂਦੇ ਆ ਅਤੇ ਖਾਣਾ ਵੀ ਰੋਟੀ ਛੱਡ ਕੇ ਚੌਲ ਖਾਣ ਲੱਗ ਜਾਂਦੇ। ਫਿਰ ਮੈਨੂੰ ਤਾਂ ਲੱਗਦਾ ਵੀ ਇਹ ਟਿਕਟ ਲੈਣ ਨੂੰ ਫਿਰਦਾ, ਪੰਜਾਬ ਦਾ ਉਪ ਮੁੱਖ ਮੰਤਰੀ ਬਣਨ ਨੂੰ ਫਿਰਦਾ, ਮੈਨੂੰ ਤਾਂ ਐਂ ਲੱਗਦਾ। ਇਹ ਬੰਬੇ ਨੇ ਕੋਠੀਆਂ ਲੈਣੀਆਂ, ਇੰਨਾ ਅਮੀਰ ਹੋ ਗਿਆ। ਗੁਰਦਾਸ ਮਾਨ ਦਾ ਮੈਂ ਬਹੁਤ ਵੱਡਾ ਫੈਨ ਸੀਗਾ, ਪਰ ਅੱਜ ਬਹੁਤ ਵੀ ਮੰਨ ਲਓ ਧੋਖਾ ਕੀਤਾ ਉਹਨੇ ਬੰਦੇ ਨੇ, ਤੁਹਾਨੂੰ ਪਤਾ ਹੀ ਆ ਵੀ ਮੇਰਾ ਪਿਓ ਅਤੇ ਮੈਂ, ਮੰਨ ਲਾ ਇਹਦੇ ਮੇਰੇ ਪਿਓ ਵਾਲੀ ਪੀੜ੍ਹੀ ਅਤੇ ਮੈਂ, ਇਹ ਦੋਨੇ ਪੀੜ੍ਹੀਆਂ ਅਸੀਂ ਗਾਣਾ ਸੁਣ ਕੇ ਤਾਂ ਗੁਰਦਾਸ ਮਾਨ ਦੇ ਫੇਰ ਵੱਡੇ ਹੋਏ ਹਾਂ, ਠੀਕ ਆ। ਗੁਰਦਾਸ ਮਾਨ ਦਾ ਮੈਂ ਬਹੁਤ ਜ਼ਿਆਦਾ ਵੱਡਾ ਫੈਨ ਸੀਗਾ, ਅੱਜ ਉਹਨੇ ਇੱਕ ਹਿਸਾਬ ਦਾ ਧੋਖਾ ਜਿਹਾ ਦੇ ਤਾ, ਹੁਣ ਉਹ ਗੱਲ ਬਣਨੀ ਨੀਗੀ। ਅਤੇ ਗੁਰਦਾਸ ਮਾਨ ਨੇ ਕਹਿਤਾ ਵੀ ਸਾਰੇ ਕਿਤੇ ਹਿੰਦੀ ਬੋਲਣੀ ਚਾਹੀਦਾ, ਗੁਰਦਾਸ ਮਾਨ ਨੂੰ ਪੁੱਛਣ ਵਾਲਾ ਹੋਵੇ ਵੀ ਫਿਰ ਆਪਾਂ ਹੁਣ ਧੋਤੀਆਂ ਪਾਉਣ ਲੱਗ ਜਾਈਏ, ਫਿਰ ਜੇ ਬੋਲੀ ਸਾਰੇ ਇੱਕ ਹੋਣੀ ਚਾਹੀਦੀ ਹੈ ਤਾਂ ਫਿਰ ਧੋਤੀਆਂ ਵੀ ਪਾਉਣ ਲੱਗ ਜਾਓ, ਠੀਕ ਆ, ਉਹੀ ਰਿਵਾਜ਼ ਚਲਾ ਲਓ। ਬਾਈ ਗੱਲ ਇਹ ਸੁਣ ਲਓ ਵੀ ਜਿਹੜੀ ਬੋਲੀ ਆਪਦੀ, ਆਪਦੀ ਬੋਲੀ ਭਰਾਵੋ ਤੁਹਾਨੂੰ ਭੁੱਲਣੀ ਨਹੀਂ ਚਾਹੀਦੀ, ਆਪਦੀ ਬੋਲੀ ਬੋਲਣੀ ਜ਼ਰੂਰੀ ਆ। ਮੈਨੂੰ ਤਾਂ ਐਂ ਲੱਗਦਾ ਬਾਈ ਗੁਰਦਾਸ, ਮੈਂ ਦੇਖ ਲਿਆ ਵੀ ਜਿਹੜਾ ਕਲਾਕਾਰ ਹੁੰਦੇ ਆ ਨਾ, ਜਦੋਂ ਇਹਨਾਂ ਦੀ ਉਮਰ ਜੀ ਢਲ ਜਾਂਦੀ ਆ, ਜਿਹੜੇ ਵੀ ਕਲਾਕਾਰ ਆ ਜਦੋਂ ਇਹਨਾਂ ਦੀ ਉਮਰ ਢਲ ਜਾਂਦੀ ਆ, ਕਿਸੇ ਕੰਮ ਯੋਗਣੀ ਨਹੀਂ ਰਹਿੰਦੇ, ਠੀਕ ਆ, ਉਦੋਂ ਇਹ ਪਤਾ ਕੀ ਕਰਦੇ ਆ, ਉਹ ਰਾਜਨੀਤੀ ਕੰਨੀ ਜਾਣਦਾ ਕਰਦੇ, ਜਿਵੇਂ ਹੰਸਰਾਜ ਨੂੰ ਭਾਜਪਾ ਨੇ ਟਿਕਟ ਦਿੱਤੀ ਆ, ਉਵੇਂ ਮੈਨੂੰ ਤਾਂ ਲੱਗਦਾ ਵੀ ਇਹ ਟਿਕਟ ਲੈਣ ਨੂੰ ਫਿਰਦਾ, ਪੰਜਾਬ ਦਾ ਉਪ ਮੁੱਖ ਮੰਤਰੀ ਬਣਨ ਨੂੰ ਫਿਰਦਾ, ਮੈਨੂੰ ਤਾਂ ਐਂ ਲੱਗਦਾ। ਬਹੁਤ ਮਾੜੀ ਗੱਲ ਆ ਗੁਰਦਾਸ ਮਾਨ ਦੀ। ਗੁਰਦਾਸ ਮਾਨ ਕਹਿੰਦਾ ਸਾਰੀ ਹਿੰਦੀ ਬੋਲਣੀ ਚਾਹੀਦਾ, ਫਿਰ ਐਂ ਕਰੋ ਆਪਾਂ ਧੋਤੀਆਂ ਬੋਲਣ ਲੱਗ ਜਾਓ, ਨਾ ਤਾਂ ਮੈਂ ਪੈਂਟ ਸ਼ਰਟ ਪਾਵਾਂ ਅਤੇ ਨਾ ਹੀ ਮੈਂ ਕੋਈ ਕੁੜਤਾ ਪਜਾਮਾ ਪਾਵਾਂ, ਧੋਤੀਆਂ ਬੰਨਣ ਲੱਗ ਜਾਂਦੇ ਹਾਂ ਅਤੇ ਖਾਣਾ ਵੀ ਰੋਟੀ ਛੱਡ ਕੇ ਚੌਲ ਖਾਣ ਲੱਗ ਜਾਂਦੇ। ਫਿਰ ਇਹ ਬਹੁਤ ਮਾੜੀ ਗੱਲ ਆ ਬਾਈ, ਦੋਗਲਾ ਕਰਦਾਰ ਬਹੁਤ ਨਿਭਾਉਂਦਾ ਬੰਦਾ ਇਹ ਯਾਰ, ਦੋਗਲਾ 24 ਘੰਟੇ ਕਿਤੇ ਕਿੱਧਰ ਨੂੰ ਗਾਣਾ ਗਾਉਣ ਦਾ, ਕਿਤੇ ਕਿੱਧਰ ਨੂੰ ਗਾਉਣ ਦਾ। ਅੱਜ ਉੱਥੇ ਸੋਚ ਕਹਿੰਦਾ ਬੱਤੀ ਲੈ ਲਓ ਲਾ ਯਾਰ, ਉੱਥੇ ਕੁੜੀਆਂ ਧੀਆਂ ਭੈਣਾਂ ਸੀ, ਕਹਿੰਦਾ ਬੱਤੀ ਲੈ ਲਓ, ਜਿਹੜੇ ਪੰਜਾਬੀ ਮਾਂ ਬੋਲੀ ਵੀ ਉਹ ਮੁਰਦਾਬਾਦ ਕਹੀ ਜਾਂਦੀ ਗੁਰਦਾਸ ਮਾਨ, ਕਹਿੰਦਾ ਇਹਦੀ ਬੱਤੀ ਬਣਾ ਕੇ ਲੈ ਲਓ ਲਾ, ਵੀ ਉੱਥੇ ਮਾਵਾਂ ਧੀਆਂ ਭੈਣਾਂ ਬੈਠੀਆਂ, ਇੰਨਾ ਸੀਨੀਅਰ ਕਲਾਕਾਰਾਂ, ਇਹ ਟਿਕਟ ਲੈਣ ਨੂੰ ਫਿਰਦਾ ਗੁਰਦਾਸ ਮਾਨ, ਬਹੁਤ ਦੋਗਲਾ ਕਰਦਾਰ ਆ, ਚਾਰ ਪੀੜ੍ਹੀਆਂ ਦਾ ਮਾਲ ਲੁੱਟ ਕੇ ਬੰਬੇ ਨੇ ਕੋਠੀਆਂ ਲੈਣੀਆਂ, ਇੰਨਾ ਅਮੀਰ ਹੋ ਗਿਆ ਪੰਜਾਬੀ ਮਾਂ ਬੋਲੀ ਸਿਰ 'ਤੇ, ਅੱਜ ਇਹਨੂੰ ਪੰਜਾਬੀ ਮਾਂ ਬੋਲੀ ਮਾੜੀ ਲੱਗੀ। ਗੁਰਦਾਸ ਮਾਨ ਦਾ ਚੱਕਵਾਂ ਚੁੱਲ੍ਹਾ ਯਾਰ, ਉਹ ਤਾਂ ਜਿਵੇਂ ਕੋਠੇ 'ਤੇ ਮੋਰਨੀ ਲੱਗੀ ਹੁੰਦੀ, ਜਿੱਧਰ ਨੂੰ ਹਵਾ ਹੁੰਦੀ ਉੱਧਰ ਨੂੰ ਹੋ ਜਾਂਦਾ। ਇੱਕ ਵਾਰੀ ਤਾਂ ਉਹਨੇ ਗਾਣਾ ਕਹਤਾ ਘਰ ਦੀ ਸ਼ਰਾਬ ਹੋਵੇ, ਬਾਣ ਵਾਲਾ ਮੰਜਾ ਹੋਵੇ, ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ, ਫਿਰ ਉਹਨੇ ਗਾਣਾ ਗਾਤਾ ਗੁਰਦਾਸ ਮਾਨ ਨੇ ਗੱਭਰੂ ਪੰਜਾਬੀ ਪੁੱਤ ਨਸ਼ਿਆਂ ਨੇ ਮਾਰਤੇ, ਉਹਦਾ ਯਾਰ ਹਵਾ ਦੇ ਹਿਸਾਬ ਨਾਲ ਚੱਲਦਾ, ਉਹਦਾ ਦੋਗਲਾ ਕਰਦਾਰ। ਹਾਂ ਇਹ ਗੱਲ ਦਾ ਮੈਨੂੰ ਜਵਾਬ ਦਿਓ, ਜਦੋਂ ਕਈ ਵਾਰ ਕਿਸੇ ਦੀ ਮਾਂ ਦੀ ਡੈਥ ਹੋ ਜਾਂਦੀ ਆ, ਉਹਦੀ ਮਾਸੀ ਆ ਕੇ ਆਪਣੇ ਪਿਓ ਦੇ ਰਹਿ ਪੈਂਦੀ ਆ, ਪਿਓ ਦੀਆਂ ਆਪਣੀਆਂ ਰੋਟੀਆਂ ਪਕਾਉਣ ਲੱਗ ਜਾਂਦੀਆਂ, ਮਾਸੀ ਤਾਂ ਮਾਸੀ ਹੁੰਦੀ ਆ, ਹਿੰਦੀ ਬੋਲੀ ਆ ਜਿਹੜੀ ਉਹ ਆਪਣੀ ਮਾਸੀ ਆ ਯਾਰ, ਮੈਂ ਕਿਸੇ ਬੋਲੀ ਦਾ ਵਿਰੋਧ ਨਹੀਂ ਕਰਦਾ, ਹਿੰਦੀ ਦਾ ਅੰਗਰੇਜ਼ੀ ਦਾ, ਪਰ ਯਾਰ ਜਿਹੜੀ ਮਾਸੀ ਆ ਉਹ ਮਾਸੀ ਰਹੂ। ਇਹ ਬਹੁਤ ਮਾੜੀ ਗੱਲ ਹੈ ਜੀ ਗੁਰਦਾਸ ਮਾਨ ਦੀ, 3-4 ਪੀੜ੍ਹੀਆਂ ਦਾ ਮਾਲ ਲੁੱਟ ਕੇ ਹੁਣ ਇਹੋ ਜਿਹਾ ਕੁਛ ਕਰੀ ਜਾਂਦਾ, ਅਤੇ ਮੁੰਡੇ ਨੂੰ ਵੀ ਹਜੇ ਤਾਂ ਪੰਜਾਬੀ ਮਾਂ ਬੋਲੀ 'ਚ ਡਾਇਰੈਕਟਰ ਕਰਨ, ਉਹਨੂੰ ਡਾਇਰੈਕਟਰ ਬਣਾਉਣ ਨੂੰ ਫਿਰਦਾ ਗਾ, ਵੀ ਕਮਾਲ ਆ ਯਾਰ ਤੇਰੀ, ਹੈ ਨਾ। ਮੈਂ ਬਾਈ ਸਿੱਧੀ ਗੱਲ ਕਹਿਣਾ ਗਾ, ਗੁਰਦਾਸ ਮਾਨ ਤੋਂ ਵੀ ਮਾਫ਼ੀ ਮੰਗਾਓ, ਜਿਵੇਂ ਗੁਰਨਾਮ ਭੁੱਲਰ ਤੋਂ ਮੰਗਾਈ ਸੀਗੀ, ਅਸੀਂ ਉਹ ਤੋਂ ਮਾਫ਼ੀ ਮੰਗਾਓ। ਇਸ ਵੀਡੀਓ ਵਿੱਚ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ, ਗੁਰਦਾਸ ਮਾਨ ਆਪਣੀ ਜਗ੍ਹਾ 'ਤੇ ਸਹੀ ਹਨ ਜਾਂ ਨਹੀਂ। ਇਸ ਦੇ ਨਾਲ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ। ਹੁਣ ਸਦਾ ਦਿਓ ਮੈਨੂੰ ਦੋਸ਼ੀ ਨੂੰ ਮੈਂ ਤੋਂ ਪਾਪ ਲੁਕਾ।